ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਗੁਰਪੁਰਬ ਨੂੰ ਸਮਰਪਿਤ ਜਿੱਥੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕ ਕੇ ਸਮਾਗਮ ਕਰਵਾਏ ਜਾ ਰਹੇ ਹਨ। ਉੱਥੇ ਇਨਕਮ ਟੈਕਸ ਦੇ ਚੀਫ਼ ਕਮਿਸ਼ਨਰ ਸ਼੍ਰੀ ਬੀ ਕੇ ਝਾਅ ਅਤੇ ਐਡੀਸ਼ਨਲ ਕਮਿਸ਼ਨਰ ਰੋਹਿਤ ਮਹਿਰਾ ਵੱਲੋਂ ਜੋ ਵਰਟੀਕਲ ਗਾਰਡਨ ਦੀ ਸ਼ੁਰੂਆਤ ਕੀਤੀ ਗਈ ਸੀ ਉਸੇ ਲੜੀ ਤਹਿਤ ਅੱਜ ਲੁਧਿਆਣਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਗੁਰੂ ਨਾਨਕ ਗਾਰਡਨ 'ਚ ਬੂਟੇ ਲਗਾ ਕੇ ਬਾਬਾ ਨਾਨਕ ਦਾ ਬਾਗ ਉਸਾਰਨ ਦੀ ਆਰੰਭਤਾ ਕੀਤੀ। ਇਸ ਮੌਕੇ ਜਿੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਸ਼੍ਰੀ ਬੀ ਕੇ ਝਾਅ ਅਤੇ ਰੋਹਿਤ ਮਹਿਰਾ ਦਾ ਧੰਨਵਾਦ ਕੀਤਾ, ਉੱਥੇ ਸ਼੍ਰੀ ਬੀ ਕੇ ਝਾਅ ਨੇ ਦੱਸਿਆ ਕਿ ਇਸ ਬਾਗ ਵਿੱਚ ਵੱਖ ਵੱਖ ਪ੍ਰਕਾਰ ਦੇ 550 ਬੂਟੇ ਲਗਾਏ ਜਾਣਗੇ। ਅੱਜ ਸ਼੍ਰੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕੇ ਪ੍ਰਾਂਗਣ ਮੇ ਇੱਕ ਕਮਾਲ ਕੀ ਚੀਜ਼ ਸ਼ੁਰੂ ਹੋਈ ਹੈ ਔਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕੇ ਪ੍ਰਧਾਨ ਜੀ ਕੇ ਸਹਿਯੋਗ ਸੇ ਉਨਕੀ ਅਗਵਾਈ ਸੇ ਔਰ ਮੇਰੇ ਇੱਕ ਹੋਨਹਾਰ ਅਫਸਰ ਹੈ ਰੋਹਿਤ ਮਹਿਰਾ, ਉਨਕੀ ਮਿਹਨਤ ਸੇ ਆਜ ਹਮ ਯਹਾਂ ਇੱਕ ਨਾਨਕ ਵਨ ਕਾ ਪੌਦਾ ਨਿਆਸ ਕਰ ਰਹੇ ਹੈ। ਸ਼ਿਲਾਨਿਆਸ ਤੋਂ ਕੋਈ ਬਿਲਡਿੰਗ ਬਣਤੀ ਹੈ ਤਬ ਹੋਤੀ ਹੈ, ਇਹ ਪੌਦਾ ਨਿਆਸ ਹੈ ਜਿਸਮੇ ਹਮ ਨਾਨਕ ਵਨ ਕੀ ਸਥਾਪਨਾ ਕਰ ਰਹੇ ਹੈ। ਇਸਮੇ ਉਨਕੀ ਉਪਲਕਸ਼ ਮੇ 550 ਪੌਦੇ ਲਗਾਏ ਜਾਏਂਗੇ 2.5 ਫੁੱਟ ਕੀ ਦੂਰੀ ਪਰ ਔਰ ਇਸਕੀ ਖਾਸੀਅਤ ਹੈ ਕਿ ਇਸਮੇ ਪੰਜਾਬ ਕੇ ਜੋ ਖਾਸ ਜੋ ਪੇੜ ਪੌਦੇ ਹੈ ਵੋ ਲਗੇਂਗੇ 2.5 ਫੁੱਟ ਕੀ ਦੂਰੀ ਪਰ ਔਰ ਇਹ ਵਨ ਇਸ ਤਰ੍ਹਾਂ ਬਣਤਾ ਹੈ ਕਿ ਬਹੁਤ ਜਲਦੀ ਇਸਮੇ ਹਰਿਆਲੀ ਆਤੀ ਹੈ ਔਰ ਇਹ ਪਰਿਆਵਰਣ ਕੋ ਵੀ ਸੁੰਦਰ ਕਰੇਗਾ, ਸਾਫ਼ ਕਰੇਗਾ ਔਰ ਦੇਸ਼ ਮੇ ਜੋ ਹਰਿਆਲੀ ਕੀ ਜ਼ਰੂਰਤ ਹੈ ਉਸਕੋ ਪੂਰਾ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 550 ਸਾਲਾ ਸ਼ਤਾਬਦੀ ਪੁਰਬ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਮਨਾਇਆ ਜਾ ਰਿਹਾ ਹੈ, ਉਸ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਸਾਡੇ ਇਨਕਮ ਟੈਕਸ ਦੇ ਚੀਫ ਕਮਿਸ਼ਨਰ ਸ਼੍ਰੀ ਬੀ ਕੇ ਝਾਅ ਜੀ ਦਾ ਅਤੇ ਉਹਨਾਂ ਨਾਲ ਐਡੀਸ਼ਨਲ ਕਮਿਸ਼ਨਰ ਸ਼੍ਰੀ ਰੋਹਿਤ ਮਹਿਰਾ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੋਂ ਵਲਟੀ ਗਾਰਡਨ ਸ਼ੁਰੂਆਤ ਕੀਤੀ ਔਰ ਵੱਖ ਵੱਖ ਪੰਜਾਬ ਦੇ ਸ਼ਹਿਰਾਂ 'ਚੋਂ ਹੁੰਦਾ ਆ। ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਇਹਨਾਂ ਨੇ ਹਰਿਆਵਲੀ ਗਾਰਡਨ ਲਾ ਕੇ ਇੱਕ ਸਾਨੂੰ ਸਾਰਿਆਂ ਨੂੰ ਸੇਧ ਦਿੱਤੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਉਪਰਾਲੇ ਕਰ ਰਹੇ ਹਨ। ਮੈਂ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ, ਬੀ ਕੇ ਝਾਅ ਜੀ ਦੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਚੀਜ਼ ਔਰ ਬਹੁਤ ਵਧੀਆ ਨਵੇਕਰਾ ਉਪਰਾਲਾ ਕੀਤਾ। ਗੁਰੂ ਨਾਨਕ ਗਾਰਡਨ ਦਾ ਜੋ ਇੱਥੇ ਬਾਬੇ ਨਾਨਕ ਦਾ ਜੋ ਬਾਗ ਲਾਉਣ ਦਾ ਉਪਰਾਲਾ ਕੀਤਾ ਹੈ ਇਹ ਸ਼ਤਾਬਦੀ ਸਮਰਪਿਤ ਹੈ। ਮੈਂ ਸਮੁੱਚੀਆਂ ਸੰਗਤਾਂ ਨੂੰ ਹੱਥ ਵਾਰ ਬੇਨਤੀ ਕਰਾਂਗਾ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਹੀ ਬਾਬੇ ਨਾਨਕ ਦਾ ਗਾਰਡਨ ਜਿੱਥੇ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਉਹ ਲੱਭ ਕੇ ਬਾਬੇ ਨਾਨਕ ਦਾ ਗਾਰਡਨ ਬਣਾਉਣ, ਇੱਕ ਬਾਗ ਬਣਾਉਣ ਔਰ ਤਾਂ ਜੋ ਆਉਣ ਵਾਲੀਆਂ ਨਸਲਾਂ ਪਤਾ ਲੱਗੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਮਹਾਂਕ ਅਨੁਸਾਰ ਉਹਨਾਂ ਨੇ ਵੀ ਆਪਣੇ ਜੀਵਨ ਜਿੱਥੇ ਸਾਨੂੰ ਸਾਰਿਆਂ ਨੂੰ ਸੇਧ ਦਿੱਤੀ। ਉਹਨਾਂ ਨੇ ਸਾਨੂੰ ਕਿਹਾ ਜਿੱਥੇ ਵਾਤਾਵਰਨ ਨੂੰ ਸ਼ੁੱਧਤਾ ਲਈ ਇਹ ਉਪਰਾਲਾ ਕੀਤਾ ਜਾਵੇ, ਸਾਰੇ ਆਪਾਂ ਰਲ ਮਿਲ ਕੇ ਵਾਤਾਵਰਨ ਨੂੰ ਸ਼ੁੱਧਤਾ ਲਈ ਉਪਰਾਲੇ ਕਰਦੇ ਰਹੀਏ। ਮੈਂ ਇਹਨਾਂ ਦੀ ਸਮੁੱਚੀ ਟੀਮ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਰ ਸਿਟੀ ਯੂਰ ਨਿਊਜ਼।